ਜਦੋਂ ਤੋਂ ਸੰਘਰਸ਼ ਚੱਲਿਆ ਅਸੀਂ ਪੰਜਾਬ ਨੂੰ ਲਾਸ਼ਾਂ ਲੈ ਕੇ ਆ ਰਹੇ ਹਾਂ। ਅੱਜ ਫਿਰ ਬਹੁਤ ਮਨ ਦੁਖਿਆ ਜਦੋਂ ਅਸੀਂ ਸਰਦਾਰ ਜਗਜੀਤ ਸਿੰਘ ਦੀ ਲਾਸ਼ ਪਿੰਡ ਲੁੰਡਿਆਲਾ ਵਿਖੇ ਲੈ ਕੇ ਆਏ ਅਤੇ ਸ਼ਮਸ਼ਾਨ ਘੱਟ ਪਹੁੰਚੇ ਹਾਂ। ਸਾਡਾ ਹੁਣ ਹਿਰਦਾ ਤਪ ਚੁੱਕਿਆ, ਸਾਡੇ ਜਿਹੜੇ ਕਿਸਾਨ ਆ ਉਹਨਾਂ ਦੇ ਸਿਰਿਆਂ ਦੀ ਅੱਗ ਨੂੰ ਬਾਲ ਸੇਕ ਸੇਕ ਕੇ, ਜਿਹੜੇ ਸਿਆਸੀ ਲੋਕ ਆ ਉਹ ਰੋਟੀਆਂ ਸੇਕਦੇ ਆ ਅਤੇ ਅਸੀਂ ਸਿਰਿਆਂ ਦੀ ਅੱਗ ਸੇਕਦੇ ਹਾਂ। ਹੁਣ ਅਸੀਂ ਚੈਲੇਂਜ ਕਰਨਾ ਚਾਹੁੰਦੇ ਸਰਕਾਰ ਨੂੰ ਵੀ ਜਿਹੜੇ ਆਰਡੀਨੈਂਸ ਆ ਇਹਨਾਂ ਨੂੰ ਅਸੀਂ ਵਾਪਸ ਕਰਾ ਕੇ ਮੁੜਾਂਗੇ। ਅਸੀਂ ਜਿਹੜੇ ਸਾਡੇ ਸ਼ਹੀਦ ਆ ਉਹਨਾਂ ਦੀ ਕੁਰਬਾਨੀ ਨੂੰ ਜਾਈ ਨਹੀਂ ਜਾਣ ਦੇਵਾਂਗੇ। ਅਸੀਂ ਹੁਣ ਜਿੱਤਾਂਗੇ ਜਾਂ ਮਰਾਂਗੇ ਪਰ ਕਾਨੂੰਨ ਰੱਦ ਕਰਵਾ ਕੇ ਹਟਾਂਗੇ। ਸਰਕਾਰ ਜੋ ਮਰਜ਼ੀ ਕਹਿ ਲਏ, ਅਸੀਂ 26 ਤਰੀਕ ਨੂੰ ਵੱਡੀ ਤਿਆਰੀ 'ਚ ਜਾਵਾਂਗੇ। ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾਵੇ, ਜੇ ਸਰਕਾਰ 'ਚ ਦਾਵਾਂ ਤਾਂ ਜੇ ਸਰਕਾਰ ਦੀਆਂ ਗੋਲੀਆਂ 'ਚ ਜਿੰਨੀ ਅੱਗ ਆ ਉਹਨਾਂ ਸਾਡੇ ਵੀ ਜਿਸਮਾਂ 'ਚ ਖੂਨ ਆ, ਪਰ ਅਸੀਂ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਇਆ ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨ ਵਾਸਤੇ ਅਸੀਂ ਵੱਧ ਤੋਂ ਵੱਧ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ। ਆਰਡੀਨੈਂਸ ਰੱਦ ਕਰਵਾਵਾਂਗੇ ਅਤੇ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਹਜੇ ਵੀ ਸਮਝ ਜੋ ਮੌਕਾ ਸਿਆਸੀ ਲੋਕਾਂ ਨੇ ਜਿਹੜਾ ਸਾਡੇ ਨਾਲ ਕੀਤਾ, ਉਹਨਾਂ ਦਾ ਜਿਹੜਾ ਕਾਲੀਆਂ ਕਰਤੂਤਾਂ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਸਿਵਿਆਂ ਦੀ ਅੱਗ ਨੂੰ ਬਾਲ ਰਹੇ ਹਾਂ। ਸਿਆਸੀ ਲੋਕਾਂ ਨੂੰ ਬੇਨਤੀ ਹੈ ਵੀ ਹੁਣ ਸਿਆਸੀ ਲੋਕਾਂ ਰੋਟੀਆਂ ਜਿਹੜੀਆਂ ਸੇਕਣੀਆਂ ਛੱਡ ਦੇਣ, ਹੁਣ ਹੀ ਕਿਸਾਨਾਂ ਨੂੰ ਕਿਸਾਨਾਂ ਦੀ ਲੜਾਈ ਲੜ ਲੈਣ ਦੇਣ। ਸਿਆਸੀ ਲੋਕਾਂ ਨੂੰ ਅਸੀਂ ਐਣੇ ਵੀ ਸਾਡੇ ਤੋਂ ਪਰੇ ਰਹਿਣ ਅਤੇ ਜਿਹੜੀ ਲੜਾਈ ਅਸੀਂ ਖੁਦ ਲੜਾਂਗੇ, ਸਾਡੇ ਜਿਹੜੇ ਯੋਧੇ ਸ਼ਹੀਦ ਹੋਏ ਆ ਉਹਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਮੋੜਾਂਗੇ। ਆਉਣ ਵਾਲੀ ਨਸਲ ਆ ਜਿਹੜੀ ਉਹਦੀ ਜ਼ਿੰਦਗੀ ਵਾਸਤੇ ਅਸੀਂ ਆਪਦਾ ਸਭ ਕੁਛ ਕੁਰਬਾਨ ਕਰਾਂਗੇ। 26 ਤਰੀਕ ਨੂੰ ਵੱਡੀ ਪੱਧਰ ਦੇ ਉੱਤੇ ਅਸੀਂ ਜਿਹੜੇ ਦਿੱਲੀ ਦੇ ਲਾਲ ਕਿਲੇ ਨੂੰ ਕੂਚ ਕਰਾਂਗੇ। ਸਰਕਾਰ ਨੇ ਜੋ ਕਰਨਾ ਕਰ ਲਏ, ਇਦੋਂ ਪਹਿਲਾਂ ਜੇ ਅਸੀਂ 70 ਜਾਂ 80 ਕੁਰਬਾਨੀਆਂ ਦੇ ਚੁੱਕੇ ਹਾਂ ਤਾਂ ਅੱਜ ਪੰਜਾਬ ਦਾ ਬੱਚਾ ਬੱਚੀ, ਪੂਰੇ ਹਿੰਦੁਸਤਾਨ ਦਾ ਕਿਸਾਨ ਦਾ ਜੋ ਵੀ ਬੱਚਾ ਬੱਚੀ ਉਹ 'ਚ ਕੁਰਬਾਨੀ ਦੇਣ ਨੂੰ ਤਿਆਰ ਆ, ਪਰ ਜ਼ਮੀਨ ਦੀ ਲੜਾਈ ਆ ਜਿਹੜੀ ਅਸੀਂ ਖੁਦ ਲੜਾਂਗੇ। ਜ਼ਮੀਨ ਦੀ ਖਾਤਰ ਮਰ ਮਿਟਾਂਗੇ ਪਰ ਇੱਕ ਵੀ ਕਦਮ ਪਿੱਛੇ ਨਹੀਂ ਹਟਾਂਗੇ।